ਇਹ ਵੀਡੀਓ ਮਦਦ ਕਰਨ ਵਾਲੀ ਹੈ ਉਹਨਾਂ ਹਰ ਸਟੂਡੈਂਟਸ ਨੂੰ ਜਿਹੜੇ ਕਿ ਇਹ ਜਾਣਨਾ ਚਾਹੁੰਦੇ ਹੈ ਕਿ ਐਗਜੈਕਟਲੀ PSAT ਦੀ ਤਿਆਰੀ ਨੂੰ ਕਿਵੇਂ ਸ਼ੁਰੂ ਕਰੀਏ, ਕਿਵੇਂ ਜ਼ੀਰੋ ਤੋਂ ਹੀਰੋ ਤੱਕ ਦਾ ਸਫ਼ਰ ਤੈਅ ਕਰੀਏ। ਮੈਂ ਅਨਮੋਲ ਅਰੋੜਾ ਆਪਣੇ ਪਿਛਲੇ 6 ਸਾਲਾਂ ਦੇ ਐਕਸਪੀਰੀਅੰਸ ਤੋਂ ਬਾਅਦ ਐਂਡ ਉਸ ਤੋਂ ਵੀ ਪਹਿਲਾਂ 2 ਸਾਲਾਂ ਦਾ ਜਿਹੜਾ ਹੈਗਾ ਐਜ਼ ਅ ਸਟੂਡੈਂਟ ਵੀ ਐਕਸਪੀਰੀਅੰਸ ਇਨਕਲੂਡ ਕਰਦਾ ਹੋਇਆ ਇਹ ਵੀਡੀਓ ਤੁਹਾਡੇ ਲਈ ਬਣਾਉਣ ਜਾ ਰਿਹਾ। ਮੈਂ ਕੌਣ ਜਿਸਨੇ ਕਿ PSAT 3 ਟਾਈਮਸ ਕੁਆਲੀਫਾਈ ਕੀਤਾ, 2 ਟਾਈਮ CTET ਕੁਆਲੀਫਾਈ, ਰੀਟ, ਐਚਟੈਟ ਐਂਡ 2 ਵਾਰ ETT ਕੈਡਰ ਦੇ ਵਿੱਚ ਵੀ ਸਿਲੈਕਸ਼ਨ ਪਾ ਚੁੱਕਿਆ, ਤਾਂ ਮੈਂ ਆਪਣੇ ਉਸ ਅਨੁਭਵ ਨੂੰ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ। ਪਿਛਲੇ 6 ਸਾਲਾਂ ਤੋਂ ਮੈਂ ਜੋ ਹਾਂ ਟੀਚਿੰਗ ਲਾਈਨ ਦੇ ਵਿੱਚ ਹਾਂ, ਅਕੈਡਮਿਕ ਫੀਲਡ ਦੇ ਵਿੱਚ ਹਾਂ, ਤਾਂ ਐਗਜੈਕਟਲੀ ਮੇਰਾ ਅਨੁਭਵ ਹੀ ਤੁਹਾਡੇ ਲਈ ਇੱਥੇ ਕੰਮ ਆਉਣ ਵਾਲਾ ਹੈ, ਤਾਂ ਇਹ ਵੀਡੀਓ ਦਾ ਇੱਕ ਇੱਕ ਪੁਆਇੰਟ ਤੁਹਾਡੇ ਲਈ ਕੰਮ ਹੁੰਦਾ ਹੈ। ਕਿਹਾ ਜਾ ਰਿਹਾ ਕਿ ਸਭ ਤੋਂ ਪਹਿਲੀ ਗੱਲ ਕਿ PSAT ਐਗਜ਼ਾਮ ਦਾ ਪੈਟਰਨ ਅਤੇ ਸਿਲੇਬਸ। ਹੁਣ ਇਹ ਗਾਈਜ਼ ਹਰ ਇੱਕ ਉਹ ਸਟੂਡੈਂਟ ਜਾਣਦਾ ਹੈ ਜਿਹੜਾ ਕਿ ਪਹਿਲੀ ਵਾਰ ਨਹੀਂ ਬਲਕਿ ਭਾਵੇਂ ਉਹ ਮਲਟੀਪਲ ਟਾਈਮਸ ਵੀ ਉਸ ਪੇਪਰ ਨੂੰ ਦੇ ਰਿਹਾ ਹੈ, ਤਾਂ ਉਹ ਇਸ ਪੇਪਰ ਨੂੰ ਜਿਹੜਾ ਹੈਗਾ ਹੈ ਪੈਟਰਨ ਅਤੇ ਸਿਲੇਬਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਿਛਲੀ ਵਾਰ ਵੀ PSAT 2023 ਦਾ ਪੈਟਰਨ ਕਿਸੇ ਨੂੰ ਭੁੱਲਿਆ ਹੋਇਆ ਨਹੀਂ ਹੈ, ਇੱਕ ਵੱਡੇ ਲੈਵਲ 'ਤੇ ਪੈਟਰਨ ਚੇਂਜ ਕਰ ਦਿੱਤਾ ਗਿਆ, ਸਟੂਡੈਂਟਸ ਹੋ ਗਏ ਕਨਫਿਊਜ਼ ਐਂਡ ਉੱਥੇ ਆਈਆਂ ਕਾਫੀ ਸਾਰੀਆਂ ਉਹਨਾਂ ਨੂੰ ਪ੍ਰੋਬਲਮ। ਸੋ ਗਾਈਜ਼ ਉਹਨਾਂ ਦੇ ਲਈ ਤਿਆਰ ਕਰਵਾਉਣਾ ਵੀ ਸਾਡਾ ਇੱਕ ਜਿਹੜਾ ਹੈਗਾ ਹੈ, ਤੁਹਾਨੂੰ ਇੱਕ ਫੋਟੋ ਰਹਿੰਦਾ ਹੈ। ਸੋ ਐਗਜ਼ਾਮ ਦਾ ਪੈਟਰਨ ਸਮਝੋ ਕਿ ਕਿੰਨੇ ਨੰਬਰ ਦਾ ਕਿਹੜਾ ਪੋਰਸ਼ਨ ਪੇਪਰ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਹੈ ਉਹ ਦੇਖਣ ਨੂੰ ਮਿਲ ਜਾਂਦਾ ਹੈ ਗਾਈਜ਼। ਸੋ ਇਹ ਇੱਕ ਚੀਜ਼ ਬਹੁਤ ਮੈਟਰ ਕਰ ਰਹੀ ਹੈ ਕਿ ਪੇਪਰ 1 ਪ੍ਰਾਇਮਰੀ ਲੈਵਲ ਲਈ ਹੁੰਦਾ ਹੈ, ਪੇਪਰ 2 ਜਿਹੜਾ ਹੈਗਾ ਅਪਰ ਪ੍ਰਾਇਮਰੀ ਲੈਵਲ BEd ਦੇ ਸਟੂਡੈਂਟਸ ਦਿੰਦੇ ਹੈ, ਮੈਥ ਸਾਇੰਸ, SST, ਫਿਜ਼ੀਕਲ ਐਜੂਕੇਸ਼ਨ, ਆਰਟ ਐਂਡ ਕਰਾਫਟ, ਅਲੱਗ ਅਲੱਗ ਸਟ੍ਰੀਮਸ ਦੇ ਸਟੂਡੈਂਟ ਜਿਹੜਾ ਹੈਗਾ ਹੈ ਹੁਣ ਪੇਪਰ 2 ਜਿਹੜਾ ਹੈਗਾ ਹੈ ਉਹ ਦਿੰਦੇ ਹੈਗਾ। ਮਾਰਕਸ ਦੀ ਡਿਸਟ੍ਰੀਬਿਊਸ਼ਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਚੀਜ਼ ਕਿੰਨੀ ਲੈ ਕੇ ਜਾ ਰਹੀ ਹੈ। ਪੈਡਾਗੋਜੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਹੀ ਹੈ। ਪਿਛਲੇ ਸਾਲਾਂ ਦੇ ਪੇਪਰ ਉਠਾ ਕੇ ਦੇਖ ਲਓ, ਪੈਡਾਗੋਜੀ ਦੀ ਲਗਾਤਾਰ ਵੇਟੇਜ ਵਧਦੀ ਜਾ ਰਹੀ ਹੈ। CTET ਦੇ ਵਿੱਚ 15 ਕੁਐਸਚਨ ਪੈਡਾਗੋਜੀ ਦੇ, 15 ਕੁਐਸਚਨ ਥਿਓਰੈਟੀਕਲ ਪੋਰਸ਼ਨ ਤੋਂ ਆਉਂਦੇ ਹੈ। ਬਟ ਗਾਈਜ਼ PSAT ਦੀ ਅਗਰ ਮੈਂ ਗੱਲ ਕਰਾਂ ਪਿਛਲੇ ਪੇਪਰਸ ਦੀ, ਸੋ ਗਾਈਜ਼ ਦੇ ਵੇਟੇਜ ਵਧਣੀ ਸ਼ੁਰੂ ਹੋ ਗਈ ਹੈ। ਸੋ ਗਾਈਜ਼ ਤੁਸੀਂ ਵੀ ਆਪਣੀ ਤਿਆਰੀ ਹੋਰ ਜ਼ਿਆਦਾ ਜ਼ਬਰਦਸਤ ਕਰ ਲਓ ਅਤੇ ਨਾਲ ਦੀ ਨਾਲ ਸਿਰਫ ਥਿਓਰੈਟੀਕਲ ਚੀਜ਼ਾਂ 'ਤੇ ਜ਼ੋਰ ਨਹੀਂ ਦੇਣਾ ਹੈ। ਕਿਹੜੇ ਸਬਜੈਕਟ ਨੂੰ ਕਿੰਨਾ ਸਮਾਂ ਦੇਣਾ ਹੈ ਬਹੁਤ ਮੈਟਰ ਕਰਦਾ ਹੈ ਕਿ ਤੁਸੀਂ ਸਾਰਾ ਦਿਨ, ਅਗਰ ਮੈਥ ਦਾ ਸਟੂਡੈਂਟ ਹੈ ਸਾਰਾ ਦਿਨ ਹੀ ਮੈਥਮੈਟਿਕਸ ਪੜ੍ਹੀ ਜਾਂਦਾ ਹੈ ਬਹੁਤ ਵੱਡੀ ਪ੍ਰੋਬਲਮ ਹੈ, ਸਾਰਾ ਦਿਨ ਹੀ ਤੁਸੀਂ SST ਪੜ੍ਹੀ ਜਾਂਦੇ ਹੋ, ਸਾਰਾ ਦਿਨ ਹੀ EVS ਪੜ੍ਹੀ ਜਾਂਦੇ ਹੋ, ਮਹੀਨੇ ਦੇ ਵਿੱਚ 20-20 ਦਿਨ ਤੁਸੀਂ ਇੱਕੋ ਸਬਜੈਕਟ 'ਤੇ ਲਗਾ ਰਹੇ ਹੋ, ਤਾਂ ਗਲਤ ਕਰ ਰਹੇ ਹੋ ਗਾਈਜ਼, ਕਿਉਂਕਿ ਹਰ ਇੱਕ ਸਬਜੈਕਟ ਦੀ ਬਰਾਬਰ ਮਹੱਤਤਾ ਹੈ। ਕੋਈ ਸਬਜੈਕਟ ਤੁਹਾਡੇ ਅਕੋਰਡਿੰਗ ਸੌਖਾ ਹੈ ਤਾਂ ਗਾਈਜ਼ ਫੁੱਲ ਹਿੱਟ ਕਰਨ ਦੀ ਕੋਸ਼ਿਸ਼ ਕਰੋ ਨਾ ਮਾਰਕਸ ਨੂੰ, ਇਹੀ ਤਾਂ ਸਟ੍ਰੈਟਜੀ ਹੁੰਦੀ ਹੈ ਇੱਕ ਆਈਡੀਅਲ ਸਟੂਡੈਂਟ ਦੀ। ਤਾਂ ਜਿਹੜੇ ਈਜ਼ੀ ਸਬਜੈਕਟਸ ਹੈ ਉਹਦੇ ਵਿੱਚੋਂ 100 out of 100 ਹਿੱਟ ਕਰੋ, ਅਤੇ PSAT ਮਤਲਬ ਮੇਰਾ ਕਹਿਣ ਦਾ ਮਤਲਬ ਕੀ ਹੈ, ਉਸ ਸਬਜੈਕਟ ਦੇ ਵਿੱਚੋਂ ਫੁੱਲ ਬੱਟਾ ਫੁੱਲ ਜੋ ਕਹਿ ਦਿੱਤਾ ਜਾਂਦਾ ਹੈ, ਬੜੀ ਮਜ਼ਾਕੀਆ ਜੀ ਗੱਲ ਹੁੰਦੀ ਹੈ, ਸੋ ਉਸਨੂੰ ਫਿੱਟ ਕੀਤਾ ਜਾ ਸਕਦਾ ਹੈ। ਸਿਲੇਬਸ ਅੰਡਰਸਟੈਂਡ ਕਰਨਾ ਜ਼ਰੂਰੀ ਹੈ, ਜਿਹੜੇ ਟੌਪਿਕਸ ਕੀਤੇ ਜਾ ਰਹੇ ਆ ਕਵਰ ਹਰ ਇੱਕ ਸੈਕਸ਼ਨ ਦੇ ਵਿੱਚ। ਇੱਕ ਸਟੂਡੈਂਟ ਦੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਉਹ ਡਾਇਰੀ ਨਹੀਂ ਲਿਖਦਾ ਹੈ। ਸੋ ਇਹ ਵੀ ਗੱਲ ਸਮਝ ਕੇ ਚੱਲਿਆ ਜੇ, ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਬਹੁਤ ਵੱਡਾ ਇੱਕ ਰੋਲ ਹੈ। ਅੱਜ ਜੇ ਮੈਨੂੰ 6 ਸਾਲ ਹੋ ਗਏ ਹੈ ਤਾਂ ਮੇਰਾ ਸਭ ਤੋਂ ਪਹਿਲਾ ਸਬਜੈਕਟ ਜਿਸਨੂੰ ਮੈਂ ਪੜ੍ਹਾਉਣਾ ਵੀ ਸ਼ੁਰੂ ਕੀਤਾ ਸੀ ਉਹ ਇਹੀ ਸ਼ੁਰੂ ਕੀਤਾ ਸੀਗਾ। ਹਾਲਾਂਕਿ
ਜੋ ਬਾਅਦ ਵਿੱਚ ਜਿਹੜਾ ਹੈਗਾ ਕੁਛ ਡੇਢ ਸਾਲ ਬਾਅਦ ਰੈੱਡ ਬਜ਼ਰ ਅਕੈਡਮੀ ਦਾ ਸਫ਼ਰ ਸ਼ੁਰੂ ਹੋਇਆ ਲਾਈਫ ਦੇ ਵਿੱਚ ਜੁੜ ਕੇ, ਤਾਂ ਗਾਈਜ਼ ਉਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਅਲੱਗ ਮਜ਼ੇਦਾਰ ਐਕਸਪੀਰੀਅੰਸ ਦਿੰਦੀਆਂ ਹੈ। ਇਸ ਤੋਂ ਇਲਾਵਾ ਤੁਹਾਨੂੰ ਲੈਂਗੁਏਜ 1 ਜਾਂ ਲੈਂਗੁਏਜ 2 ਦੀ ਅਹਿਮੀਅਤ ਵੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਂਦੀ ਹੈ। ਤਾਂ ਇਹਦੇ ਵਿੱਚ ਜਸਟ ਤੁਸੀਂ ਇੰਗਲਿਸ਼ ਜਾਂ ਪੰਜਾਬੀ, ਦੋ ਹੀ ਲੈਂਗੁਏਜਿਸ ਦੇ ਬਹੁਤ ਜ਼ਿਆਦਾ ਆਪਸ਼ਨ ਨਹੀਂ ਹੈ। ਸੀਟੈਟ ਵਿੱਚ ਕਈ ਵਾਰ ਸਟੂਡੈਂਟ ਕਨਫਿਊਜ਼ ਹੋ ਜਾਂਦੇ ਆ, ਬਟ ਹਾਂ ਹੁਣ ਪੇਪਰ ਦੀ ਫੋਰਮ ਫਿਲਿੰਗ ਟਾਈਮ 'ਤੇ ਅਤੇ ਅੱਗੇ ਵੀ ਪੇਪਰ ਦਿੰਦੇ ਸਮੇਂ 'ਤੇ ਤੁਹਾਨੂੰ ਪੁੱਛਿਆ ਜਾਂਦਾ ਹੈ, ਤਾਂ ਬੜੀ ਬੇਸਿਕ ਜਿਹੀ ਚੀਜ਼ ਹੁੰਦੀ ਹੈ, ਤਾਂ ਦੇਣੀ ਤੁਹਾਨੂੰ ਪੈਂਦੀ ਹੈ। ਕੋਈ ਫਰਕ ਨਹੀਂ ਆਉਂਦਾ ਕਿ ਲਾਈਕ ਲੈਵਲ 1 ਲੈਵਲ 2 ਉਹ ਹਾਲੇ ਤੱਕ ਨਹੀਂ ਆ ਰਿਹਾ, ਉਹ ਜਸਟ ਸੀਟੈਟ ਦੇ ਵਿੱਚ ਆਉਂਦਾ ਹੈ ਗਾਈਸ। ਇਸ ਤੋਂ ਇਲਾਵਾ ਅਗਰ ਮੈਂ ਤੁਹਾਡੇ ਲਈ ਗੱਲ ਕਰਦਾ ਹੋਇਆ ਚੱਲਾਂ ਗਾਈਸ, ਤੀਸਰਾ ਇੱਕ ਸਬਜੈਕਟ ਜਿਹੜੇ ਸਟੂਡੈਂਟਸ ਪੇਪਰ 1 ਦੇ ਹੈ ਅਤੇ ਪੇਪਰ 2 ਮੈਥ ਸਾਇੰਸ ਵਾਲੇ, ਮਤਲਬ ਦੋ ਸਬਜੈਕਟ ਹੋ ਗਏ, ਇੱਕ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਹੋ ਗਿਆ, ਇੱਕ ਮੈਥਮੈਟਿਕਸ ਹੋ ਗਿਆ, ਪੇਪਰ 1 ਵਾਲਿਆਂ ਲਈ ਨਾਲ ਦੀ ਨਾਲ EVS ਹੈ, ਤਾਂ ਟੋਟਲ ਮਿਲਾ ਕੇ 5 ਸਬਜੈਕਟ ਹੋ ਗਏ, ਕਿਉਂਕਿ ਦੋ ਲੈਂਗੁਏਜ ਹੋ ਗਈਆਂ, ਇਸ ਦੇ ਨਾਲ ਨਾਲ ਅਹਿਮੀਅਤ ਹੁੰਦੀ ਹੈ ਪੈਡਾਗੋਜੀ ਦੀ। ਐਵੇਂ SST ਵਾਲਿਆਂ ਲਈ ਸੋਸ਼ਲ ਸਟੱਡੀਜ਼ ਹੁੰਦਾ ਹੈ, ਉੱਥੇ ਮੈਥਮੈਟਿਕਸ ਨਹੀਂ ਆਉਂਦੀ, ਬਟ EVS ਦੇ 8-10 ਚੈਪਟਰ ਪੜ੍ਹਨੇ ਪੈਂਦੇ ਹੈ ਗਾਈਜ਼, ਇਹ ਵੀ ਯਾਦ ਰੱਖਣਾ ਸਭ ਜਣ। ਅਤੇ ਇੱਦਾਂ ਹੀ ਗਾਈਜ਼ ਪੇਪਰ 2 ਮੈਥ ਸਾਇੰਸ ਵਾਲਿਆਂ ਲਈ ਸਾਇੰਸ ਆ ਜਾਂਦੀ ਹੈ, ਉੱਥੇ ਸੋਸ਼ਲ ਸਟੱਡੀਜ਼ ਖਤਮ ਹੋ ਜਾਂਦੀ ਹੈ, ਅਤੇ ਇਹ ਸਬਜੈਕਟ ਜਿਹੜੇ ਹੈਗੇ ਹੈ ਉਹ ਦੇਖੇ ਜਾਂਦੇ ਹੈ ਪੇਪਰ ਦੇ ਵਿੱਚ। ਇਹ ਇਹਨਾਂ ਦੀ ਖਾਸੀਅਤ ਐਂਡ ਆਲ ਓਵਰ ਗਾਈਜ਼ ਪੈਡਾਗੋਜੀ, ਐਂਡ ਕਈ ਸਟੂਡੈਂਟ ਆਰਟ ਐਂਡ ਕਰਾਫਟ ਦੇ ਲਈ ਵੀ ਹੁੰਦੇ ਹੈ, ਫੋਰਮ ਫਿਲਿੰਗ ਕਰਦੇ ਆ, ਕੋਈ ਫਿਜ਼ੀਕਲ ਐਜੂਕੇਸ਼ਨ ਲਈ। ਹੁਣ ਦੇਖੋ ਗਾਈਜ਼, ਸਟੂਡੈਂਟ ਨੂੰ ਸਟੱਡੀ ਮਟੀਰੀਅਲ ਕਲੈਕਟ ਕਰਨਾ ਵੀ ਬਹੁਤ ਜ਼ਰੂਰੀ ਹੈ। ਓਫੀਸ਼ੀਅਲ ਵੈਬਸਾਈਟ ਦੀ ਅਗਰ ਮੈਂ ਗੱਲ ਕਰਾਂ, ਅੱਜ ਤੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ, ਮੇਰੀ ਖੁਦ ਇੱਕ ਨਾਰਾਜ਼ਗੀ ਹੈ ਕਿ ਭਾਈ ਅੱਜ ਤੱਕ ਇਹਨਾਂ ਨੇ ਇੱਕ ਫਿਕਸ ਵੈਬਸਾਈਟ ਨਹੀਂ ਦਿੱਤੀ। ਸੀਟੈਟ ਵਾਲਿਆਂ ਦਾ ਡਾਟਾ ਡੇ 1 ਤੋਂ ਲੈ ਕੇ ਹੁਣ ਤੱਕ ਮੈਨੇਜਡ ਹੈ, ਬਟ ਸਾਡੀ ਅਕੈਡਮੀ ਨੇ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਹਰ ਇੱਕ ਪ੍ਰੀਵੀਅਸ ਪੇਪਰ ਆਪਣੀ ਐਪਲੀਕੇਸ਼ਨ 'ਤੇ ਪ੍ਰੋਵਾਈਡ ਕਰਵਾਇਆ ਫ੍ਰੀ ਆਫ ਕੋਸਟ, ਫ੍ਰੀ ਸਟੱਡੀ ਮਟੀਰੀਅਲ। ਐਪ ਨੂੰ ਡਾਊਨਲੋਡ ਕਰ ਦਿਓ, ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ, ਜਾ ਕੇ ਤੁਸੀਂ ਉੱਥੋਂ ਜਿਹੜਾ ਹੈਗਾ ਫ੍ਰੀ ਸਟੱਡੀ ਮਟੀਰੀਅਲ ਦਾ ਸੈਕਸ਼ਨ ਵੇਖੋ, ਸਾਰੇ ਦੇ ਸਾਰੇ ਪੇਪਰ ਪਏ ਆ। ਨਹੀਂ ਤਾਂ ਦੂਜੀ ਆਪਸ਼ਨ ਹੋਰ ਹੈ, ਨੀਚੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰਾਮ ਚੈਨਲ ਹੈ, ਜਾਓ ਉਹਦਾ ਲਿੰਕ ਦਿੱਤਾ ਹੋਇਆ, ਸਿੱਧਾ ਜਾ ਕੇ ਜਿਹੜਾ ਹੈਗਾ ਹੈ ਤੁਸੀਂ ਉਸਨੂੰ ਜਿਹੜਾ ਹੈਗਾ ਪੇਪਰਸ ਨੂੰ ਫ੍ਰੀ ਆਫ ਕੋਸਟ ਡਾਊਨਲੋਡ ਕਰ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਗਾਈਸ, ਜਿਹੜੀਆਂ ਬੁੱਕਸ ਰੈਕਮੈਂਡਡ ਹੈਗੀਆਂ ਉਹ ਸਭ ਤੋਂ ਇੰਪੋਰਟੈਂਟ ਹੈਗੀਆਂ ਹੈ ਤੁਹਾਡੇ ਕੋਰਸ ਦੀਆਂ ਬੁੱਕਸ, ਜੇ ਤੁਸੀਂ ਬਿਲਕੁਲ ਸ਼ੁਰੂਆਤੀ ਫੇਜ਼ ਵਿੱਚ ਹੋ, ਨਹੀਂ ਤਾਂ ਬਿਲਕੁਲ ਅਕੈਡਮੀ ਵੀ ਤੁਹਾਡੀ ਹੈਲਪ ਲਈ ਹੈ। ਔਨਲਾਈਨ ਕੋਰਸਿਸ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ, ਕਾਫੀ ਸਾਰੇ ਯੂਟਿਊਬ ਚੈਨਲ ਮਿਲ ਜਾਣਗੇ, ਕਾਫੀ ਸਾਰੀਆਂ ਵੈਬਸਾਈਟਸ ਮਿਲ ਜਾਣਗੀਆਂ, ਕੁਛ ਹੋਰ ਜਾਂ ਚਾਹੇ ਅਕੈਡਮੀ ਦੀ ਤਰਫ ਤੋਂ ਤੁਹਾਨੂੰ ਸਪੋਰਟ ਮਿਲ ਹੀ ਜਾਏਗੀ। ਆਪਣਾ ਸਟੱਡੀ ਪਲਾਨ ਬਣਾਓ ਗਾਈਸ, ਬਹੁਤ ਜ਼ਰੂਰੀ ਹੈ। ਤੁਸੀਂ ਕਦੇ ਸੋਚਿਆ ਕਰਦੇ ਸੀ ਕਿ ਬਈ ਇਹ ਤਾਂ ਬੱਚਿਆਂ ਦੀਆਂ ਚੀਜ਼ਾਂ ਹੁੰਦੀਆਂ, ਅਸੀਂ ਥੋੜ੍ਹੀ ਬਣਾਉਣੇ ਹੈ, ਬਈ ਇਹ ਗਲਤ ਹੈ। ਜੇ ਸਟੱਡੀ ਪਲਾਨ ਬਣਿਆ ਹੋਊਗਾ, ਪਤਾ ਲੱਗੂਗਾ ਕਿ ਬਈ ਇਸ ਟਾਈਮ 'ਤੇ ਇਹ ਕਰਨਾ ਸੀ, ਰੀਲ ਨਹੀਂ ਦੇਖਣੀ, ਸੋਸ਼ਲ ਮੀਡੀਆ ਨਹੀਂ ਚਲਾਉਣਾ, ਇਹ ਜ਼ਰੂਰੀ ਸਮਝ ਆਉਂਦੀ ਹੈ ਸਾਰੀ ਦੀ ਸਾਰੀ। ਟਾਈਮ ਮੈਨੇਜ ਕਰਨਾ ਸਿੱਖਦੇ ਹੋ, ਕੰਸਿਸਟੈਂਸੀ ਆਉਂਦੀ ਹੈ, ਦੇਖਦੇ ਹੋ ਕਿ ਬਈ ਸ਼ਾਮ ਨੂੰ ਆਹ ਮੇਰਾ ਟਾਈਮ ਟੇਬਲ ਸੀ, ਬਟ ਆਹ ਦੋ ਚੀਜ਼ਾਂ ਤਾਂ ਮੈਂ ਕੀਤੀਆਂ ਹੀ ਨਹੀਂ, ਇਹ ਦੋ ਚੀਜ਼ਾਂ ਮੈਂ ਇੱਧਰ ਬਰਬਾਦ ਕਰ ਦਿੱਤੀਆਂ, ਕਰਨਾ ਕਰ ਸਕਦਾ ਸੀ ਬਟ ਮੈਂ ਇਹ ਸਮਾਂ ਇੱਧਰ ਬਰਬਾਦ ਕੀਤਾ। ਸੋ ਕੰਸਿਸਟੈਂਸੀ ਲੈ ਕੇ ਆਉਂਦੀ ਹੈ ਉਹ ਚੀਜ਼ ਤੁਹਾਡੇ ਲਈ, ਜਦੋਂ ਸਟੱਡੀ ਪਲਾਨ ਬਣਾ ਲਓਗੇ, ਮੇਨਟੇਨ ਕਰੋ ਕੰਟੀਨਿਊਟੀ ਅਤੇ ਕਵਰ ਕਰੋ ਸਾਰੇ ਦੇ ਸਾਰੇ ਟੌਪਿਕਸ ਨੂੰ ਪੇਪਰ ਆ ਜਾਣ ਤੋਂ ਪਹਿਲਾਂ, ਕਿਉਂਕਿ ਪੇਪਰ ਆ ਜਾਣ 'ਤੇ ਰਿਵੀਜ਼ਨ ਦੀ ਅਹਿਮੀਅਤ ਹੋ ਜਾਂਦੀ ਹੈ ਗਾਇਸ। ਸੋ ਉਸ ਟਾਈਮ 'ਤੇ ਫਿਰ ਰਿਵੀਜ਼ਨ ਕਾਫੀ ਜ਼ਿਆਦਾ ਅਹਿਮੀਅਤ ਰੋਲ ਅਦਾ ਕਰਦੀ ਹੈ, ਰਾਈਟ। ਸੋ ਟਾਈਮ ਮੈਨੇਜਮੈਂਟ ਆਪਣੀ ਜਗ੍ਹਾ 'ਤੇ ਬਹੁਤ ਜ਼ਰੂਰੀ ਹੈ, ਕਿਹੜੇ ਸਬਜੈਕਟ ਨੂੰ ਕਿੰਨਾ ਸਮਾਂ ਦੇਣਾ ਹੈ, ਜਿੱਥੇ ਜ਼ਿਆਦਾ ਵੀਕ ਹੋ ਉੱਥੇ ਜ਼ਿਆਦਾ ਸਮਾਂ ਦਿਓ, ਕੰਸਿਸਟੈਂਸੀ ਬਹੁਤ ਮੈਟਰ ਕਰੇਗੀ। ਇੱਕ ਦਿਨ ਸਟੱਡੀ ਕਰ ਰਹੇ ਹੋ, ਦੂਸਰੇ ਦਿਨ ਛੱਡ ਰਹੇ ਹੋ, ਪ੍ਰੋਬਲਮ ਬਣੇਗੀ ਗਾਈਸ। ਤਾਂ ਮੇਨਟੇਨ ਕਰਨੀ ਹੈ ਆਪਣੀ ਕੰਟੀਨਿਊਟੀ ਸਾਰੇ ਟੌਪਿਕਸ ਨੂੰ ਕਵਰ ਕਰਨ ਵਾਲੀ ਸਾਈਡ 'ਤੇ, ਇਹ ਵੀ ਗੱਲ ਜਿਹੜੀ ਹੈਗੀ ਹੈ ਸਾਨੂੰ ਇੱਥੇ ਦੱਸ ਦਿੱਤੀ ਜਾ ਰਹੀ ਹੈ, ਲਗਾਤਾਰ ਬਣੇ ਰਹਿਣਾ ਹੈ।
ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਤੇ ਫੋਕਸ ਬਿਲਕੁਲ ਕਰਨਾ ਹੈ, ਕਨਸੈਪਟਸ ਨੂੰ ਸਮਝਣਾ ਹੈ ਜਿਹੜੇ ਕਿ ਚਾਈਲਡ ਪੈਡਾਗੋਜੀ ਨਾਲ ਜੁੜੇ ਹੋਏ ਹੈ। ਲਰਨਿੰਗ ਦੀਆਂ ਥਿਊਰੀਜ਼, ਪੈਡਾਗੋਜੀਕਲ ਟੈਕਨੀਕਸ ਬਹੁਤ ਅਹਿਮੀਅਤ ਰੱਖਦੀਆਂ ਹੈ। ਇੱਦਾਂ ਹੀ ਚਾਹੇ ਇੰਟੈਲੀਜੈਂਸ ਦਾ ਟੌਪਿਕ ਹੈ, ਪ੍ਰੈਕਟਿਸ ਕਰਨੇ ਹੈ ਕੁਐਸਚਨਸ ਐਜੂਕੇਸ਼ਨਲ ਸਾਈਕੋਲੋਜੀ ਦੇ ਨਾਲ ਸੰਬੰਧ ਵਿੱਚ, ਫੋਕਸ ਕਰਨਾ ਹੈ ਪੈਡਾਗੋਜੀਕਲ ਕਨਸੈਪਟ, ਕਿਉਂਕਿ ਪੈਡਾਗੋਜੀ ਤੋਂ ਬਿਨਾਂ ਕੁਛ ਨਹੀਂ ਹੈ। ਇਹ ਸਬਜੈਕਟ ਮੇਰੇ ਖੁਦ ਦੇ ਹੈ ਦੋਨੋਂ ਦੇ ਦੋਨੋਂ, ਐਂਡ ਤਕਰੀਬਨ ਗਾਏ 60-70 ਜਿਹੜੇ ਮਾਰਕਸ ਦਾ ਕੰਮ ਹੈ ਉਹ ਤੁਸੀਂ ਬਿਲਕੁਲ ਮੇਰੇ ਅੰਡਰ ਹੀ ਕਵਰ ਕਰਦੇ ਹੋ। ਤਾਂ ਗਾਇਸ, ਤੁਹਾਨੂੰ ਲੈਂਗੁਏਜ 'ਤੇ ਵੀ ਪ੍ਰੋਫੀਸ਼ੀਐਂਸੀ ਲਗਾਉਣੀ ਹੈ। ਕਾਫੀ ਵਾਰ ਸਟੂਡੈਂਟ ਇਹ ਸੋਚਦੇ ਆ ਕਿ ਪੰਜਾਬੀ ਤਾਂ ਸਾਡੇ ਲਈ ਬਹੁਤ ਈਜ਼ੀ ਹੈ, ਇੰਗਲਿਸ਼ ਤਾਂ ਸਾਡੇ ਲਈ ਬਹੁਤ ਆਸਾਨ, ਅਸੀਂ ਇਹਨੂੰ ਪੜ੍ਹ ਕੇ ਕੀ ਕਰਨਾ ਹੈ, ਅਸੀਂ ਇਹਦੀ ਕੋਚਿੰਗ ਕਰਕੇ ਕੀ ਕਰਨਾ ਹੈ। ਗਾਇਸ, ਇਹ ਤੁਸੀਂ ਆਪਣੀ ਇੱਕ ਸਭ ਤੋਂ ਵੱਡੀ ਭੁੱਲ ਹੋਰ ਜਿਹੜੀ ਹੈਗੀ ਹੈ ਆਪਣੀ ਡਿਵੈਲਪ ਕਰ ਲਈ ਹੈ, ਇੱਕ ਹੋਰ ਮਿਸਟੇਕ ਜਿਹੜੀ ਕਿ ਤੁਸੀਂ ਲਗਾਤਾਰ ਕਰਦੇ ਜਾਂਦੇ ਹੁੰਦੇ ਹੋ, ਐਂਡ ਉੱਥੋਂ ਤੁਸੀਂ ਨੁਕਸਾਨ ਕਰਵਾ ਬੈਠਦੇ ਹੋ। ਤੁਸੀਂ ਸੋਚਦੇ ਹੋ ਕਿ 30 ਦੇ ਵਿੱਚੋਂ 18 ਨੰਬਰ ਕਾਫੀ ਹੈ ਕਿ ਅਗਰ ਪੇਪਰ ਦੇ ਵਿੱਚ, ਗਾਇਸ ਇੱਕ ਅਗਲੀ ਵੱਡੀ ਗਲਤੀ ਹੈ ਨਾ। ਸੋ ਤੁਸੀਂ ਇਹ ਚੀਜ਼ ਨਹੀਂ ਸੋਚਣੀ ਹੈ, ਲੈਂਗੁਏਜ ਦੀ ਪ੍ਰੋਫੀਸ਼ੀਐਂਸੀ ਲਈ ਸਟਰੈਂਥ ਬਣਾ ਕੇ ਰੱਖਣੀ ਹੈ, ਕਮਾਂਡ ਬਣਾ ਕੇ ਰੱਖਣੀ ਹੈ ਭਾਸ਼ਾ 1 ਤੇ, ਭਾਸ਼ਾ 2 ਤੇ, ਇੰਗਲਿਸ਼ ਪੰਜਾਬੀ ਦੋਨਾਂ ਤੇ ਹੀ ਰੋਲ ਆਪਣੀ ਜਿਹੜੀ ਹੈਗੀ ਹੈ ਅਹਿਮੀਅਤ ਆਉਂਦੀ ਹੈ। ਪ੍ਰੈਕਟਿਸ ਕਰਨੀ ਹੈ ਗ੍ਰੈਮਰ, ਚਾਹੇ ਉਹ ਇੰਗਲਿਸ਼ ਦੀ ਹੈ ਚਾਹੇ ਪੰਜਾਬੀ ਵਿਆਕਰਨ ਹੈ, ਕੰਪਰੀਹੈਂਸ਼ਨ ਨੂੰ ਬਹੁਤ ਧਿਆਨ ਨਾਲ ਕਰਨਾ ਹੈ। 15 ਨੰਬਰ ਦੇ ਆਉਂਦੇ ਹੈ, ਚਾਹੇ ਪੰਜਾਬੀ ਖੋਲ੍ਹੋ ਚਾਹੇ ਇੰਗਲਿਸ਼ ਖੋਲ੍ਹੋ, ਜਿੰਨੇ ਜ਼ਿਆਦਾ ਹਿੱਟ ਹੋ ਸਕਦੇ ਆ ਉਨੇ ਕਰੋ। ਆਪਣੀ ਯੂਟਿਊਬ ਚੈਨਲ 'ਤੇ ਹਰ ਸ਼ਨੀਵਾਰ ਟੀਚਰਸ ਕਰਵਾਉਂਦੇ ਰਹਿੰਦੇ ਹੈ, ਸੋ ਜ਼ਰੂਰ ਤੋਂ ਬੈਨੀਫਿਟ ਉਠਾਓ। ਜਿਸ ਦਿਨ ਮੈਂ ਇਹ ਵੀਡੀਓ ਅਪਲੋਡ ਕਰ ਰਿਹਾ ਉਸ ਦਿਨ ਵੀ ਸ਼ਨੀਵਾਰ ਹੈ, ਅਤੇ ਉਸ ਦਿਨ ਵੀ ਦੋਨੋਂ ਟੀਚਰ, ਇੰਗਲਿਸ਼ ਅਤੇ ਪੰਜਾਬੀ ਦੋਨੋਂ ਟੀਚਰਸ ਨੇ ਤੁਹਾਨੂੰ ਕੰਪਰੀਹੈਂਸ਼ਨ ਕਵਰ ਕੀਤੇ ਹੈ ਫ੍ਰੀ ਆਫ ਕੋਸਟ ਯੂਟਿਊਬ 'ਤੇ, ਥਰੂ ਐਕਸਰਸਾਈਜ਼ ਐਂਡ ਮੋਕ ਟੈਸਟ ਵੀ ਜਿਹੜਾ ਹੈਗਾ, ਵੋਕੈਬ ਦਾ ਵੀ ਬਿਲਕੁਲ ਤੁਸੀਂ ਸਹਾਰਾ ਲਓ, ਸਿੱਖਦੇ ਰਹੋ। ਗਾਇਸ, ਪ੍ਰੀਵੀਅਸ ਈਅਰ ਪੇਪਰ ਤੇ ਮੋਕ ਟੈਸਟ ਜ਼ਰੂਰ ਤੋਂ ਸੋਲਵ ਕਰੋ। ਟੈਡਬਜ਼ਰ ਅਕੈਡਮੀ ਖੁਦ ਤੁਹਾਨੂੰ ਮੋਕ ਟੈਸਟ ਜਿਹੜਾ ਹੈਗਾ ਕਰਵਾਉਂਦੀ ਹੈ, ਐਂਡ ਤੁਸੀਂ ਜਿਹੜਾ ਹੈਗਾ ਡੇ ਬਾਏ ਡੇ ਉੱਥੋਂ ਬੈਨੀਫਿਟ ਉਠਾ ਸਕਦੇ ਹੋ। ਆਪਣੀਆਂ ਕੀਤੀਆਂ ਗਈਆਂ ਗਲਤੀਆਂ ਤੋਂ ਟ੍ਰਾਇਲ ਐਂਡ ਐਰਰ ਦੇ ਪ੍ਰਿੰਸੀਪਲ ਨਾਲ ਜਿਹੜਾ ਹੈਗਾ ਹੈ ਉਹ ਤੁਸੀਂ ਬੈਨੀਫਿਟ ਉਠਾ ਸਕਦੇ ਹੋ। ਸੋ ਪ੍ਰੈਕਟਿਸ ਕਰਨਾ ਹੈ ਸੋਲਵ ਕਰਦੇ ਹੋਏ, ਪ੍ਰੀਵੀਅਸ ਈਅਰ ਨੂੰ ਅੰਡਰਸਟੈਂਡ ਕਰਨਾ ਹੈ ਐਗਜ਼ਾਮ ਦੇ ਪੈਟਰਨ ਨੂੰ, ਜਾਂ ਕਿਵੇਂ ਦੇ ਕੁਐਸਚਨ ਪੁੱਛੇ ਜਾ ਰਹੇ ਹੈ ਸਪੈਸ਼ਲੀ ਲੇਟੈਸਟ ਪ੍ਰੀਵੀਅਸ ਈਅਰਸ ਵਿੱਚ, ਉਹ ਵੀ ਚੀਜ਼ ਮੈਟਰ ਕਰ ਰਹੀ ਹੈ। ਮੋਕ ਟੈਸਟ ਨੂੰ ਇੱਦਾਂ ਲਓ ਅਤੇ ਅਸੈਸ ਕਰੋ ਆਪਣੀ ਪ੍ਰੈਪਰੇਸ਼ਨ ਲੈਵਲ। ਮੋਕ ਟੈਸਟ ਸਪੈਸ਼ਲੀ ਉਹਨਾਂ ਵਾਸਤੇ ਮਦਦਗਾਰ ਜਿਹੜੇ ਸਟੂਡੈਂਟ ਭਾਵੇਂ ਕਿਸੇ ਵੀ ਮਰਜ਼ੀ ਅਕੈਡਮੀ ਤੋਂ ਕੋਚਿੰਗ ਕਰ ਚੁੱਕੇ, ਸੋ ਉਹ ਜਿਹੜੇ ਹੈਗੇ ਇਸ ਨੂੰ ਬਿਲਕੁਲ ਹਿੱਟ ਕਰ ਸਕਣਗੇ। ਐਂਡ ਇੰਪਰੂਵ ਕਰੋ ਆਪਣੀ ਟਾਈਮ ਮੈਨੇਜਮੈਂਟ ਸਕਿੱਲਸ ਨੂੰ। ਗਾਇਸ, ਇਹ ਵੀ ਚੀਜ਼ ਸਾਨੂੰ ਇੱਥੇ ਕਹੀ ਜਾ ਰਹੀ ਹੈ, ਸੋ ਟਾਈਮ ਮੈਨੇਜਮੈਂਟ ਸਕਿੱਲਸ ਨੂੰ ਇੰਪਰੂਵ ਕਰਨਾ ਵੀ ਕਾਫੀ ਜ਼ਿਆਦਾ ਜ਼ਰੂਰੀ ਹੈ। ਗਾਇਸ, ਓਕੇ, ਅਪਡੇਟਿਡ ਰਹੋ, ਫੋਲੋ ਕਰੋ ਕਰੰਟ ਐਜੂਕੇਸ਼ਨਲ ਟ੍ਰੈਂਡਸ ਨੂੰ, ਉਹ ਟੌਪਿਕਸ ਜਿਹੜੇ ਕਿ ਕਰੰਟ ਟੌਪਿਕ ਹੈਗੇ ਆ, ਕੋਈ ਪੋਲਿਸੀ ਆ ਗਈ, ਕੋਈ ਨੀਤੀ ਆ ਗਈ, ਸੋ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਅਪਡੇਟਸ ਰਹਿਣਾ ਹੈ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੇ ਨਾਲ, ਰਿਵਾਈਜ਼ ਕਰਨਾ ਹੈ ਰੈਗੂਲਰਲੀ ਤਾਂ ਕਿ ਰੀਇਨਫੋਰਸ ਕੀਤਾ ਜਾ ਸਕੇ ਕਨਸੈਪਟਸ ਨੂੰ ਰਾਈਟ, ਐਂਡ ਇਸ ਦੇ ਨਾਲ ਨਾਲ ਇੰਪਰੂਵ ਕਰਨੀ ਹੈ ਰਿਟੈਂਸ਼ਨ, ਧਾਰਨ ਕਰਨ ਦੀ ਸ਼ਕਤੀ। ਸੋ ਗਾਇਸ, ਉਹ ਵੀ ਚੀਜ਼ਾਂ ਦੀ ਸਾਰੀ ਇੱਥੇ ਆਉਂਦੀ ਹੈ ਅਹਿਮੀਅਤ। ਇਸ ਦੇ ਨਾਲ ਨਾਲ ਗਾਇਸ, ਤੁਹਾਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਕੋਚਿੰਗ ਕਲਾਸਿਸ ਜਿਹੜੀਆਂ ਕਿ ਆਪਸ਼ਨਲ ਹੁੰਦੀਆਂ ਆਪਣੀ ਨੀਡ ਦੇ ਅਕੋਰਡਿੰਗ ਜਿਹੜਾ ਹੈਗਾ ਹੈ ਉਹ ਤੁਸੀਂ ਚਾਹੋ ਤਾਂ ਜ਼ਰੂਰ ਤੋਂ ਜੁਆਇਨ ਕਰ ਸਕਦੇ ਹੋ। ਟੈਡਬਜ਼ਰ ਅਕੈਡਮੀ ਜਾਂ ਕੋਈ ਵੀ ਇੰਸਟੀਚਿਊਟ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਏਬਲ ਹੈ ਤਾਂ ਉਹ ਤੁਸੀਂ ਉਸਦਾ ਸਹਾਰਾ ਜ਼ਰੂਰ ਤੋਂ ਲੈ ਸਕਦੇ ਹੁੰਦੇ ਹੋ। ਗਾਇਸ, ਐਂਡ ਇਹਦਾ ਬੈਨੀਫਿਟ ਇਹ ਮਿਲੇਗਾ ਕਿ ਬਸ ਤੁਸੀਂ ਹਰ ਇੱਕ ਚੀਜ਼ ਸਟਰਕਚਰਡ ਤਰੀਕੇ ਨਾਲ ਲੈ ਸਕੋਗੇ, ਤੁਸੀਂ ਫੋਕਸਡ ਹੋ ਕੇ ਪੜ੍ਹ ਸਕੋਗੇ। ਪਿਛਲੀਆਂ ਅੱਧੀਆਂ ਚੀਜ਼ਾਂ ਜੋ ਮੈਂ ਤੁਹਾਨੂੰ ਦੱਸੀਆਂ ਉਹਨਾਂ ਦਾ ਸੋਲਿਊਸ਼ਨ ਤੁਹਾਨੂੰ ਅਕੈਡਮੀ, ਅਗਰ ਤੁਹਾਨੂੰ ਇੱਕ ਔਥੈਂਟਿਕ ਅਕੈਡਮੀ ਮਿਲਦੀ ਹੈ
ਜੋ ਕਿ ਤੁਹਾਡੇ ਲਈ ਤੁਹਾਨੂੰ ਲੱਗਦਾ ਹੈ ਕਿ ਇਹ ਹਿੱਟ ਕਰ ਸਕਦੀ ਹੈ, ਤੁਹਾਡੇ ਲਈ ਹਿੱਟ ਕਰਵਾ ਸਕਦੀ ਹੈ ਟਾਰਗੇਟ ਤੁਹਾਡੇ ਲਈ, ਸੋ ਉਸਦਾ ਤੁਸੀਂ ਸਹਾਰਾ ਉਸ ਸਮੇਂ ਤੇ ਲੈ ਸਕਦੇ ਹੋ। ਗਾਈਜ਼, ਇਹ ਕੋਚਿੰਗ ਆਨਲਾਈਨ ਵੀ ਤੁਸੀਂ ਕਰ ਸਕਦੇ ਹੋ, ਆਫਲਾਈਨ ਵੀ ਕਰ ਸਕਦੇ ਹੋ, ਸੋ ਉਹ ਤੁਹਾਡੀ ਜਿਹੜੀ ਹੈਗੀ ਹੈ ਕਨੈਕਟੀਵਿਟੀ ਹੈ, ਜਿਵੇਂ ਤੁਹਾਡੇ ਨੂੰ ਹੋ ਪਾਉਂਦਾ ਪੋਸੀਬਲ, ਐਂਡ ਇਨਫੋਰਮਡ ਰਹੋ ਕੋਈ ਵੀ ਰੀਸੈਂਟ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਨਵੀਆਂ ਨਵੀਆਂ ਐਡੂਕੇਸ਼ਨਲ ਪੋਲਿਸੀਜ਼ ਵਿੱਚ ਜਾਂ ਪੁਰਾਣੀਆਂ ਪੋਲਿਸੀਜ਼ ਵਿੱਚ, ਐਂਡ ਰਿਫੋਰਮ ਕਰੋ ਜਿਹੜਾ ਹੈਗਾ ਜਿਹੜੀ ਵੀ ਚੀਜ਼ਾਂ ਰੈਲੀਵੈਂਟ ਹੈਗੀਆਂ ਤੁਹਾਡੇ ਲਈ ਪੀ ਐਸ ਡੈਟ ਦੇ ਲਈ। ਆਪਣੇ ਡਾਊਟਸ ਕਲੀਅਰ ਕਰੋ, ਸਭ ਤੋਂ ਵੱਡੀ ਗੱਲ ਡਾਊਟਸ ਨੂੰ ਕਲੀਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ, ਕਿਉਂਕਿ ਜੇ ਤੁਸੀਂ ਡਾਊਟਸ ਰੱਖੋਗੇ ਉਹ ਤੁਹਾਡੇ ਲਈ ਉਲਟਾ ਹੀ ਪ੍ਰੋਬਲਮ ਹੀ ਕ੍ਰੀਏਟ ਕਰਨਗੇ, ਤੁਹਾਡਾ ਤਾਪਮਾਨ ਵਧਾ ਕੇ ਰੱਖਣਗੇ। ਅਗਰ ਤੁਹਾਡੇ ਕੋਲ ਡਾਊਟਸ ਹੈਗੇ ਹੈ ਤਾਂ ਉਹ ਰੱਖਣਾ ਕਾਫ਼ੀ ਜ਼ਿਆਦਾ ਜਿਹੜਾ ਹੈਗਾ ਨੁਕਸਾਨਦੇਹ ਹੋਏਗਾ। ਹੈਜ਼ੀਡੇਟ ਨਾ ਕਰੋ, ਜਿੱਥੋਂ ਵੀ ਕੋਚਿੰਗ ਕਰ ਰਹੇ ਹੋ, ਜਿਵੇਂ ਵੀ ਜਿੱਥੋਂ ਵੀ ਪੜ੍ਹ ਰਹੇ ਹੋ, ਜਿਹੜੇ ਸੋਰਸ ਤੋਂ ਪੜ੍ਹ ਰਹੇ ਹੋ, ਤਾਂ ਇਸ ਕੁਐਸਚਨ ਤੁਹਾਡੇ ਆਉਣਗੇ ਤਾਂ ਟੀਚਰ ਵੀ ਬਿਲਕੁਲ ਖੁਸ਼ ਹੁੰਦੇ ਹੈ, ਜੇ ਤੁਹਾਡੇ ਕੁਐਸਚਨ ਔਥੈਂਟਿਕ ਬਿਲਕੁਲ ਹੁੰਦੇ ਹੈ, ਕਿ ਜਿੱਥੋਂ ਟੀਚਰ ਨੂੰ ਵੀ ਪਤਾ ਲੱਗਦਾ ਹੈ ਕਿ ਹਾਂ ਭਾਈ ਤੁਹਾਨੂੰ ਸੱਚਮੁੱਚ ਵਿੱਚ ਕੋਈ ਡਾਊਟ ਹੈ, ਹੈਲਪ ਕਰਨ ਲਈ ਟੀਚਰ ਅੱਗੇ ਆਏਗਾ। ਸੋ ਟੀਚਰਸ ਕੋਲੋਂ ਬਿਲਕੁਲ ਪੁੱਛੋ, ਮੈਂਟਰ ਦੀ ਹੈਲਪ ਲੈ ਸਕਦੇ ਹੋ, ਕੋਈ ਵੱਡੇ ਦੀ ਹੈਲਪ ਲੈ ਸਕਦੇ ਹੋ, ਕਈ ਆਨਲਾਈਨ ਫੋਰਮਸ ਹੋ ਸਕਦੇ ਹੈ, ਸੋ ਤੁਸੀਂ ਉਹਨਾਂ ਦੀ ਸਭ ਦੀ ਮਦਦ ਲੈ ਸਕਦੇ ਹੋ। ਗਾਇਸ, ਪੋਸਟ ਐਗਜ਼ਾਮ ਐਨਾਲਿਸਿਸ ਵੀ ਉਹ ਸਟੂਡੈਂਟ ਕਰ ਸਕਦੇ ਆ, ਇਹ ਮੈਂ ਸਪੈਸ਼ਲੀ ਉਹਨਾਂ ਵਾਸਤੇ ਹੈ ਜਿਹੜੇ ਸਟੂਡੈਂਟ ਪਿਛਲੀ ਵਾਰ ਦਾ ਪੇਪਰ ਦੇ ਕੇ ਆਇਆ, ਅਤੇ ਉਹਨਾਂ ਦਾ ਕਹਿਣਾ ਹੁੰਦਾ ਕਿ ਸਰ ਸਾਡਾ ਪੇਪਰ ਨਹੀਂ ਕਲੀਅਰ ਹੋਇਆ। ਭਾਈ ਪੇਪਰ ਨਹੀਂ ਕਲੀਅਰ ਹੋਇਆ ਤਾਂ ਜਾਂਚੋ, ਪਰਖੋ, ਐਨਾਲਾਈਜ਼ ਕਰੋ ਆਪਦੇ ਆਪ ਨੂੰ ਉਹ ਇਹਨਾਂ ਚੀਜ਼ਾਂ ਦੇ ਆਧਾਰ 'ਤੇ ਕਿ ਰਿਵਿਊ ਕਰ ਪਾਓ ਤੁਸੀਂ ਆਪਦੀ ਪਰਫੋਰਮੈਂਸ ਨੂੰ, ਪੋਸਟ ਐਗਜ਼ਾਮ ਐਨਾਲਿਸਿਸ ਕਰ ਪਾਓ। ਰਾਈਟ, ਤੁਸੀਂ ਮੋਕ ਟੈਸਟ ਲਗਾਓ, ਪ੍ਰੈਕਟਿਸ ਐਗਜ਼ਾਮ ਲਗਾਓ, ਰਿਵਿਊ ਕਰੋ ਆਪਦੇ ਆਪ ਦਾ ਕਿ ਕਿੱਥੇ ਘੱਟ ਰਹਿ ਰਹੇ ਹੈ ਮਾਰਕਸ, ਕਿੰਨੇ ਮਾਰਕਸ ਤੁਹਾਡੇ ਬਣ ਰਹੇ ਹੈ, ਕਿੰਨੇ ਬਣਨੇ ਚਾਹੀਦੇ ਸੀਗੇ। ਰਾਈਟ, ਐਂਡ ਸਹੀ ਵਿੱਚ ਲਗਾਤਾਰ ਸਬਜੈਕਟ ਕੰਸਿਸਟੈਂਟਲੀ ਕਿਹੜਾ ਵੀਕ ਰਹਿ ਰਿਹਾ ਹੈ, ਸੋ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ, ਮਿਸਟੇਕਸ ਨੂੰ ਸਮਝੋ, ਨਾ ਸਮਝਿਆ ਨੁਕਸਾਨ ਕਰਨਗੀਆਂ, ਐਨਾਲਾਈਜ਼ ਕਰੋ ਉਹ ਖੇਤਰ ਜਿੱਥੇ ਸੁਧਾਰ ਕਰਨ ਦੀ ਲੋੜ ਹੈਗੀ ਹੈ। ਗਾਇਸ, ਤੁਹਾਨੂੰ ਸਭ ਨੂੰ ਇਸ ਦੇ ਨਾਲ ਨਾਲ ਗਾਇਸ ਮੈਂ ਤੁਹਾਨੂੰ ਇਹ ਵੀ ਜਿਹੜਾ ਹੈਗਾ ਕਹਿਣਾ ਚਾਹੂੰਗਾ ਕਿ ਆਪਣਾ ਐਟੀਟਿਊਡ ਪੋਜ਼ਿਟਿਵ ਰੱਖੋ, ਆਪਣਾ ਨਜ਼ਰੀਆ ਪੋਜ਼ਿਟਿਵ ਰੱਖਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇੱਕ ਵਾਰ ਫੇਲ ਹੋਏ, ਦੋ ਵਾਰ ਫੇਲ ਹੋਏ, ਇਹ ਨਹੀਂ ਸੋਚ ਕੇ ਬੈਠ ਜਾਣਾ ਕਿ ਭਾਈ ਜਦੋਂ ਤੁਹਾਨੂੰ ਪਤਾ ਹੈ ਕਿ ਗਲਤੀ ਮੇਰੀ ਸੀ, ਮੈਂ ਨਹੀਂ ਹਿੱਟ ਕੀਤਾ ਉਹਨੂੰ, ਮੈਂ ਨਹੀਂ ਉਸ ਲੈਵਲ ਦੀ ਤਿਆਰੀ ਕੀਤੀ ਜਿਵੇਂ ਚਾਹੀਦੀ ਸੀ, ਬਾਕੀ ਵੀ ਤਾਂ ਕੱਢ ਕੇ ਗਏ ਹੈ ਨਾ, ਤਾਂ ਆਪਣਾ ਐਟੀਟਿਊਡ ਉਸ ਟਾਈਮ 'ਤੇ ਪੋਜ਼ਿਟਿਵ ਰੱਖੋ। ਹਾਂ, ਮੈਂ ਉਹ ਇੱਕ ਸਮਾਂ ਮੰਨ ਸਕਦਾ ਕਿ ਜਿੱਥੇ ਤੁਸੀਂ ਆਪਣਾ ਬੈਸਟ ਦਿੱਤਾ, ਦੋ ਤੋਂ ਤਿੰਨ ਵਾਰ ਦਿੱਤਾ, ਤੁਹਾਨੂੰ ਲੱਗਿਆ ਕਿ ਮੈਂ ਇਸ ਤੋਂ ਬਾਅਦ ਨਹੀਂ ਕਰ ਸਕਦਾ, ਤਾਂ ਮੈਂ ਫਿਰ ਵੀ ਮੰਨ ਸਕਦਾ ਕਿ ਤੁਸੀਂ ਸਟ੍ਰੀਮ ਨੂੰ ਚੇਂਜ ਕਰਨ ਵੱਲ ਜਾ ਸਕਦੇ ਹੋ। ਬਟ ਉਦੋਂ ਤੱਕ ਨਹੀਂ ਜਦੋਂ ਤੱਕ ਤੁਹਾਡਾ ਦਿਮਾਗ ਅਤੇ ਦਿਲ ਦੋਨੋਂ ਨਹੀਂ ਕਹਿ ਰਹੇ ਕਿ ਬਾਈ ਹਾਂ ਤੂੰ ਤਿਆਰੀ ਉਸ ਲੈਵਲ ਦੀ ਕੀਤੀ ਹੈ ਬਟ ਤੇਰੇ ਕੋਲੋਂ ਨਹੀਂ ਹੋਇਆ, ਤਾਂ ਤੁਹਾਨੂੰ ਜਦੋਂ ਇਹ ਤੁਹਾਨੂੰ ਪਤਾ ਹੁੰਦਾ, ਸਟੂਡੈਂਟ ਦੀ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ, ਤਿੰਨ ਚੀਜ਼ਾਂ ਮੈਟਰ ਕਰਦੀਆਂ, ਪਹਿਲਾਂ ਦਿਮਾਗੀ ਤੌਰ 'ਤੇ ਸੋਚੋ, ਹੈ ਨਾ, ਦਿਲ ਦਾ ਵੀ ਸਹਾਰਾ ਲਓ, ਅਤੇ ਤੀਜੀ ਗੱਲ ਕੀ ਤੁਸੀਂ ਉੱਥੇ ਸਹੀ ਤਰੀਕੇ ਨਾਲ ਪਰਫੋਰਮ ਕਰਕੇ ਆਏ, ਗਲਤੀ ਕਿਹੜੇ ਲੈਵਲ 'ਤੇ ਰਹੀ, ਕਿੰਨੇ ਸਟੂਡੈਂਟ ਪੇਪਰ ਨਹੀਂ ਸਹੀ ਸਮੇਂ 'ਤੇ ਕਰ ਪਾਉਂਦੇ, ਤਾਂ ਆਪਣੇ ਆਪ ਨੂੰ ਇਹ ਚੀਜ਼ਾਂ ਮੋਟੀਵੇਟ ਕਰਨ ਵਾਸਤੇ ਕਾਫੀ ਅਹਿਮੀਅਤ ਰੱਖਦੀਆਂ ਹੈ। ਕੌਨਫੀਡੈਂਟ ਰਹੋ ਆਪਣੀ ਪ੍ਰੈਪਰੇਸ਼ਨ ਦੀ ਜਰਨੀ ਦੇ ਡਿਊਰਿੰਗ, ਐਂਡ ਓਵਰ ਕੌਨਫੀਡੈਂਟ ਵੀ ਨਹੀਂ ਹੋਣਾ, ਹੈਲਪ ਲਓ ਆਪਣੇ ਮੈਂਟਰਸ ਤੋਂ ਜਿੱਥੇ ਵੀਕਨੈਸ ਰਹਿ ਰਹੀ ਹੈ, ਸਮਝੋ ਉਹਨਾਂ ਟੋਪਿਕਸ ਨੂੰ, ਡਿਸਕਸ ਕਰੋ ਆਪਣੇ ਡਾਊਟਸ ਐਕਸਪੀਰੀਅੰਸ ਕੈਂਡੀਡੇਟਸ ਦੇ ਨਾਲ ਵੀ, ਤਾਂ ਕਿ ਉਹ ਵੀ ਤੁਹਾਡੀ ਕਿਧਰੇ ਨਾ ਕਿਧਰੇ ਮਦਦ ਕਰ ਸਕਣ। ਠੀਕ ਹੈ, ਜੇ ਤੁਹਾਨੂੰ ਕਿਧਰੇ ਵੀ ਡਿਫੀਕਲਟੀਜ਼ ਆ ਰਹੀਆਂ ਹੈ ਤਾਂ ਉਸ ਕੇਸ ਦੇ ਵਿੱਚ ਆਪਟੀਮਿਸਟਿਕ ਰਹਿਣਾ ਬਹੁਤ ਜ਼ਰੂਰੀ ਹੈ, ਆਸ਼ਾਵਾਦੀ ਰਹਿਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਟਾਰਗੇਟ ਨੂੰ ਹਿੱਟ ਕਰਨਾ ਚਾਹੁੰਦੇ ਹੋ ਤਾਂ ਟੈਡ ਬਜ਼ਰ ਅਕੈਡਮੀ ਦੀ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਵੀ ਜੁੜੇ ਰਹੋ ਗਾਇਜ਼, ਚਾਹੇ ਉਹ ਟੈਲੀਗ੍ਰਾਮ ਹੈ,
ਚਾਹੇ ਇੰਸਟਾਗ੍ਰਾਮ ਹੈ, ਚਾਹੇ ਫੇਸਬੁੱਕ ਹੈ। ਸੋ ਗਾਇਜ਼, ਤੁਸੀਂ ਇਹਨਾਂ ਸੋਸ਼ਲ ਮੀਡੀਆ ਹੈਂਡਲਸ 'ਤੇ ਜ਼ਰੂਰ ਤੋਂ ਜੁੜੇ ਰਹਿ ਸਕਦੇ ਹੋ, ਐਂਡ ਇਸ ਦਾ ਸਨੈਪਸ਼ੋਟ ਵੀ ਲੈ ਸਕਦੇ ਹੋ ਫਰਦਰ, ਜਿਹੜਾ ਹੈਗਾ ਤਾਂ ਕਿ ਤੁਹਾਨੂੰ ਪੂਰੀ ਦੀ ਪੂਰੀ ਮਦਦ ਮਿਲਦੀ ਰਹੇ। ਹਾਲਾਂਕਿ ਟੈਡ ਬਜ਼ਾਰ ਅਕੈਡਮੀ ਲਗਾਤਾਰ ਆਪਣੇ ਬੈਚਿਸ ਨਿਕਾਲਦੀ ਰਹਿੰਦੀ ਹੈ, ਸੋ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਜਿੱਥੇ ਵੀਕ ਹੋ, ਜਿਹੜੇ ਸਬਜੈਕਟ ਦੇ ਸੰਬੰਧੀ ਵੀਕ ਹੋ, ਪੂਰੇ ਸਬਜੈਕਟ ਦੀ ਪੂਰੇ ਸਿਲੇਬਸ ਦੀ ਤਿਆਰੀ ਕਰਨਾ ਚਾਹੁੰਦੇ ਹੋ, ਸੋ ਅਕੈਡਮੀ ਦੇ ਹੈਲਪਲਾਈਨ ਨੰਬਰ 9711500500 9041260500 'ਤੇ ਕੰਟੈਕਟ ਕੀਤਾ ਜਾ ਸਕਦਾ ਹੈ ਗਾਈਸ। ਐਂਡ ਕੋਈ ਵੀ ਤੁਹਾਡੇ ਮਨ ਵਿੱਚ ਹੋਰ ਵੀ ਸ਼ੰਕਾ ਹੈ, ਡਾਊਟ ਹੈ, ਵੀਡੀਓ ਦਾ ਕਮੈਂਟ ਬੋਕਸ ਆਪਣਾ ਸਮਝ ਕੇ ਡਾਊਟ ਰੱਖੋ, ਮੈਂ ਖੁਦ ਤੁਹਾਨੂੰ ਉੱਥੇ ਰਿਪਲਾਈ ਦੇਣ ਦੇ ਲਈ ਹਾਜ਼ਰ ਰਹੂੰਗਾ ਗਾਈਸ। ਜੇ ਗਾਈਡੈਂਸ ਵਧੀਆ ਲੱਗੀ ਹੋਵੇ, ਇਹ ਵੀਡੀਓ ਉਸ ਹਰ ਇੱਕ ਸਟੂਡੈਂਟ ਤੱਕ ਸਾਂਝੀ ਕਰੋ ਜਿਹੜੇ ਸਟੂਡੈਂਟ ਪੀ ਐੱਸ ਟੈਟ ਲਈ ਪ੍ਰੀਪੇਅਰ ਹੋਣ ਜਾ ਰਹੇ ਆ, ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਸੰਗੀ, ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਸਕਦੇ ਹੋ, ਤਾਂ ਕਿ ਹਰ ਇੱਕ ਸਟੂਡੈਂਟ ਇਸ ਵੀਡੀਓ ਦਾ ਬੈਨੀਫਿਟ ਜ਼ਰੂਰ ਤੋਂ ਲੈ ਸਕੇ। ਧੰਨਵਾਦ, ਸਤਿ ਸ਼੍ਰੀ ਅਕਾਲ। ਇੱਦਾਂ ਦੀ ਵੀਡੀਓਜ਼ ਹੋਰ ਸੁਣਦੇ ਰਹਿਣ ਦੇ ਲਈ ਜਾਂ ਅਕੈਡਮੀ ਦੇ ਚੈਨਲ 'ਤੇ ਹੀ ਤੁਸੀਂ ਫ੍ਰੀ ਐਡੂਕੇਸ਼ਨਲ ਅਪਡੇਟਸ ਲੈਂਦੇ ਰਹਿਣ ਲਈ ਜਾਂ ਫਿਰ ਫ੍ਰੀ ਐਡੂਕੇਸ਼ਨਲ ਵੀਡੀਓਜ਼ ਦੇਖਦੇ ਰਹਿਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ। ਇੱਦਾਂ ਦੀ ਵੀਡੀਓਜ਼ ਤੁਹਾਨੂੰ ਅੱਗੇ ਵੀ ਪ੍ਰੋਮਿਸ ਰਿਹਾ ਮਿਲਦੀਆਂ ਰਹਿਣ। ਐਂਡ ਵੀਡੀਓ ਵਧੀਆ ਲੱਗੀ ਹੋਵੇ, ਲਾਈਕ ਜ਼ਰੂਰ ਤੋਂ ਕਰ ਦੇਣਾ ਅਤੇ ਮਿੱਤਰਾਂ ਤੱਕ ਤਾਂ ਸ਼ੇਅਰ ਕਰਨਾ ਹੀ। ਧੰਨਵਾਦ।